ਸੰਤ ਕੌਰ ਸਿੰਘ ਦੀ ਹਜ਼ੂਰੀ 'ਚ ਚੱਲ ਰਿਹਾ ਮੇਲਾ, ਪਿੰਡ ਤਲਵਾੜਾ ਕੋਟ ਸਾਹ ਸੰਗਤ ਆਈ ਹੋਈ ਹੈ ਅਤੇ ਅੱਗੇ ਵੀ ਵਿਖਾਉਂਦੇ ਹਾਂ ਤੁਹਾਨੂੰ ਦੀਵਾਨ ਦੀਆਂ ਕੁਛ ਝਲਕੀਆਂ। ਇੱਧਰ ਬੀਬੀਆਂ ਸਵੇਰ ਜਿਹੜੇ ਪਕੌੜੇ ਤਿਆਰ ਹੋਣੇ ਆ, ਬ੍ਰੈਡ ਪਕੌੜੇ, ਉਹਨਾਂ ਵਾਸਤੇ ਆਲੂ ਦੀ ਤਿਆਰੀ ਚੱਲ ਰਹੀ ਹੈ। ਅਤੇ ਇੱਧਰ ਸਾਡੇ ਵੀਰ ਵੀ ਪੂਰੀ ਸੇਵਾ ਲੱਗੇ ਹੋਏ ਨੇ, ਆਲੂਆਂ ਨੂੰ ਫੇਰ ਕੇ ਪੂਰੇ ਬਰੀਕ ਬਣਾਉਂਦੇ ਨੇ। ਸਵੇਰੇ ਚੱਲਣਾ ਪਕੌੜਿਆਂ ਦਾ ਲੰਗਰ ਅਤੇ 12 ਵਜੇ ਜੋ ਕਿ ਭੋਗ ਪਏਗਾ, ਪੂਰੇ ਮਸਾਲੇ ਮਸੂਲੇ ਹਰਾਉਂਦੇ ਨੇ, ਵਿੱਚ ਮਿਕਸ ਕਰਦੇ ਨੇ ਅਤੇ ਬਹੁਤ ਹੀ ਵਧੀਆ ਮੇਲਾ ਭਰਦਾ ਹਰ ਵਾਰ। ਅੱਗੇ ਵੀ ਵਹਿੰਦੇ ਹਾਂ। ਆਹ ਵੀਰਾਂ ਨੇ ਮਸ਼ੀਨ ਲਾਈ ਹੈ, ਆਟਾ ਗੁੰਨੀ ਜਾਂਦੇ ਨੇ ਅਤੇ ਕੱਢੀ ਜਾਂਦੇ ਨੇ, ਕੱਢ ਕੱਢ ਕੇ ਪ੍ਰਸ਼ਾਦੇ ਤਿਆਰ ਹੁੰਦੇ ਨੇ। ਅੱਗੇ ਵਹਿੰਦੇ ਹਾਂ। ਇੱਧਰ ਬੀਬੀਆਂ ਸੇਵਾ ਕਰ ਰਹੀਆਂ ਨੇ ਲੰਗਰ ਦੀਆਂ, ਤਣਮਣ ਹੋ ਕੇ ਪ੍ਰਸ਼ਾਦਾ ਤਿਆਰ ਹੋ ਰਿਹਾ। ਆਹੀ ਅਸਲੀ ਸੇਵਾ ਹੁੰਦੀ ਮੇਲੇ 'ਚ, ਸੇਵਾ ਕਰੋ ਤਣੋ ਮਣੋ ਹੋ ਕੇ। ਅਤੇ ਇੱਧਰ ਵੀਰ ਵੀ ਲੱਗੇ ਹੋਣਗੇ, ਉਹ ਵੀ ਤੁਹਾਨੂੰ ਫੋਟੋ ਵਿਖਾਉਂਦੇ ਹਾਂ। 2-3 ਲੋਹਾਂ ਲੱਗੀਆਂ ਹੋਈਆਂ ਅਤੇ ਕੱਲ੍ਹ। ਅਤੇ ਇੱਧਰ ਵੀਰ ਦਾਲਾਂ ਤਿਆਰ ਕਰ ਰਹੇ ਨੇ, ਹੋਰ ਵੀ ਸਬਜ਼ੀਆਂ ਤਿਆਰ ਹੁੰਦੀਆਂ ਅਤੇ ਵੀਰ ਥਾਲੇ ਸਾਫ਼ ਸਫਾਈ ਚੱਲ ਰਹੀ ਹੈ। ਲੋਕਾਂ ਨੂੰ ਲੰਗਰ ਛਕਾ ਰਹੇ ਨੇ, ਲੰਗਰ ਹਾਲ ਦੀ ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ ਹੁਣ। ਕਾਫੀ ਵੱਡਾ ਲੰਗਰ ਹਾਲ ਬਣਾਇਆ ਤਲਵਾੜਾ ਖੁਰਦ 'ਚ, ਸੰਗਤਾਂ ਆ ਰਹੀਆਂ ਨੇ ਵਾਰ ਵਾਰ, ਲੰਗਰ ਛਕ ਰਹੀਆਂ ਨੇ। ਲੰਗਰ ਦੇ ਵਿੱਚ ਦਾਲ ਪ੍ਰਸ਼ਾਦਾ ਮਿੱਠੇ ਚੌਲ, ਪੂਰੀ ਸੇਵਾ ਚੱਲ ਰਹੀ ਹੈ। ਹੁਣ ਰਾਤ ਦਾ ਟਾਈਮ ਹੋ ਗਿਆ ਹੈ, ਘੱਟੋ ਘੱਟ 7:30 ਵਜੇ ਦਾ ਟਾਈਮ ਹੈ ਜਦੋਂ ਦੀ ਆਪਾਂ ਵੀਡੀਓ ਬਣਾ ਰਹੇ ਹਾਂ। ਅਤੇ ਵੀਡੀਓ ਜਿਹੜੇ ਵੀ ਆਪਾਂ ਬੰਦੇ ਵਹਿੰਦੇ ਨੇ ਰੈਗੂਲਰ, ਲਾਈਕ ਜ਼ਰੂਰ ਕਰਨੇ। ਲਾਈਕ ਕਰਨਾ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕਿਹੜੇ ਕਿਹੜੇ ਵੀਰ ਕਿੱਥੋਂ ਕਿੱਥੋਂ ਵੀਡੀਓ ਵੇਖ ਰਹੇ ਨੇ, ਉਹਨਾਂ ਦਾ ਨਾਮ ਸਾਡੇ ਕੋਲ ਮੈਂਸ਼ਨ ਹੋ ਜਾਂਦਾ। ਅਤੇ ਕਮੈਂਟ ਵੀ ਜ਼ਰੂਰ ਕਰਨ ਜਿਹੜੇ ਜਿਹੜੇ ਮੇਲੇ 'ਚ ਗਏ ਨੇ, ਅਤੇ ਵੀਡੀਓ ਨੂੰ ਵੀ ਸ਼ੇਅਰ ਕਰਨ, ਕਿਉਂਕਿ ਹਰ ਸਾਲ ਕਰਵਾਇਆ ਜਾਂਦਾ ਮੇਲਾ। ਅਤੇ ਅੱਗੇ ਚੱਲਦੇ ਹਾਂ ਆਪਾਂ ਹੁਣ ਇੱਥੇ, ਜੋ ਕਿ ਜੂਠੇ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ। ਬੀਬੀਆਂ ਥਾਲੇ ਸਾਫ਼ ਕਰ ਰਹੀਆਂ ਨੇ, ਵੀਰ ਵੀ ਪੂਰੀ ਡਿਊਟੀ ਨਿਭਾ ਰਹੇ ਨੇ ਤਲਵਾੜਾ ਕੋਲ ਖੁਰਦ ਵਾਲੇ ਵੀਰ। ਇੱਧਰ ਬੀਬੀਆਂ ਥਾਲੇ ਸਾਫ਼ ਕਰ ਰਹੀਆਂ ਨੇ। ਬਹੁਤ ਹੀ ਸੁੰਦਰ ਮੇਲਾ, ਸ਼ਾਮ ਨੂੰ ਵੀ ਕਾਫ਼ੀ ਮੇਲਾ ਭਰ ਗਿਆ, ਪਹਿਲੇ ਜਨਤਾ ਘੱਟ ਸੀ, ਬਾਅਦ 'ਚ ਕਾਫ਼ੀ ਸਾਰੀ ਰਾਤ ਦੀਵਾਨ ਚੱਲੇ ਨੇ।
ਬਹੁਤ ਹੀ ਸ਼ਰਧਾ ਨਾਲ ਸੇਵਾ ਕਰ ਰਹੇ ਨੇ ਤਲਵਾੜਾ ਖੁਰਦ ਵਾਲੇ ਵੀਰ। ਹਰ ਸਾਲ ਬਹੁਤ ਹੀ ਸੋਹਣਾ ਮੇਲਾ ਕਰਵਾਉਂਦੇ ਨੇ। ਚਲੋ ਹੁਣ ਅੱਗੇ ਚੱਲਦੇ ਹਾਂ ਆਪਾਂ। ਜਿਵੇਂ ਵੀ ਸਮਾਂ ਹਨੇਰਾ ਪਿਆ ਹੈ, ਲੈਣਾ ਲੱਗ ਗਿਆ ਲੰਮੀਆਂ ਲੰਗਰ ਹਾਲ ਨੂੰ। ਇੱਧਰ ਹੈ ਬਾਜ਼ਾਰ, ਚਲ ਚੱਲੀਏ ਆਪਾਂ ਬਾਜ਼ਾਰ 'ਚ ਘੁੰਮ ਕੇ ਫਿਰ ਘਰੇ ਚੱਲਦੇ ਹਾਂ। ਬਾਰਿਸ਼ ਹੋਣ ਲੱਗ ਪਈ ਅਤੇ ਮੇਲਾ ਵਿਚਾਰਾ ਕੈਮਰੇ 'ਚ ਬਹਿ ਗਏ ਫਿਰ ਬਾਜ਼ਾਰ 'ਤੇ। ਆਹ ਬੱਚੀ ਨੂੰ ਲੈਦਾ ਹੈ ਬੁਲਬੁਲਿਆਂ ਵਾਲਾ ਕੋਈ ਜੜਮਿੰਟ ਹੈ। ਆ ਜਾਓ ਬਈ, ਚੱਲ ਆ ਜਾ ਮੇਰੇ ਵਿੱਚ। ਬਾਰਿਸ਼ ਆ ਗਈ ਥੋੜ੍ਹੀ ਥੋੜ੍ਹੀ ਅਤੇ ਚਾਰਿਆਂ ਦੀ ਛੱਤਾਂ ਛੁੱਤਾਂ 'ਚ ਆਉਣ ਲੱਗ ਪਈਆਂ। ਕਿੱਧਰ ਜਾਣ ਕਰੀਬ ਤਾਂ ਚੱਲ ਬੇਟਾ, ਬਾਰਿਸ਼ ਆ ਗਈ ਹੈ ਜਲਦੀ ਆ ਜਾ। ਆਵੇ ਚੋਣ ਲੱਗ ਪਏ ਬਾਰਿਸ਼ ਬੁਰਸ਼, ਚਲੋ ਘਰੇ ਚੱਲੀਏ। ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਲਾਈਕ ਅਤੇ ਸ਼ੇਅਰ ਕਰਨੀ ਹੈ। ਠੀਕ ਹੈ।